ਜਥੇਦਾਰ ਬਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ। ਜਥੇਦਾਰ ਬਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ। ਜਥੇਦਾਰ ਬਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ। ਹਵਾਰੇ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕੇ। ਹਵਾਰੇ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਜਨਮ ਦਿਹਾੜਾ। ਮੈਂ ਸਾਰੀ ਕੌਮ ਨੂੰ ਸ਼ੁਭਕਾਮਨਾਵਾਂ ਦਿੰਦਾ ਇਸ ਮੁਬਾਰਕ ਦਿਨ 'ਤੇ। ਅਤੇ ਆਪਾਂ ਜ਼ਿਆਦਾਤਰ ਹਮੇਸ਼ਾ ਇਹਨਾਂ ਨੂੰ ਬੰਦੀ ਸਿੰਘ ਕਹਿ ਕੇ ਸੰਬੋਧਨ ਕਰਦੇ ਹਾਂ। ਮੈਂ ਅੱਜ ਸੁਬਾਹ ਜਦੋਂ ਮੋਰਚੇ ਵਿੱਚ ਗਿਆ, ਮੈਂ ਉਦੋਂ ਵੀ ਇਹ ਗੱਲ ਕੀਤੀ ਵੀ ਇਹ ਬੰਦੀ ਸਿੰਘ ਦੇ ਨਾਲ ਨਾਲ ਇਹ ਜੰਗੀ ਸਿੰਘ ਕੈਦੀ ਵੀ ਨੇ। ਇਹ ਜੰਗੀ ਸਿੰਘ ਨੇ ਸਾਡੇ, ਜਿਨ੍ਹਾਂ ਨੇ ਕੌਮ ਲਈ ਜੰਗ ਲੜਿਆ ਅਤੇ ਕੌਮ ਦੀ ਜਿਹੜੀ ਪੱਗ ਉਤਰੀ ਹੋਈ ਸੀ ਉਹ ਦੁਬਾਰਾ ਸਿਰ 'ਤੇ ਬੰਨ੍ਹੀ ਹੈ। ਅਤੇ ਦੂਸਰੀ ਗੱਲ ਹੈ ਕਿ ਆਪਾਂ ਹੁਣ ਨਾ ਮੰਗਣਾ ਛੱਡੀਏ, ਇਹ ਇਹਨਾਂ ਦੀ ਜਿਹੜੀ ਰਿਹਾਈ ਹੈ ਉਹ ਸਾਡੀ ਮੰਗ ਨਹੀਂ ਹੈ, ਉਹ ਸਾਡਾ ਹੱਕ ਹੈ। ਅਤੇ ਹੱਕ ਨੇ ਜਿਹੜੇ ਉਹ ਮੰਗੇ ਨਹੀਂ ਜਾਂਦੇ, ਹੁੰਦੇ ਲਏ ਜਾਂਦੇ ਨੇ, ਅਤੇ ਜੇ ਲਏ ਨਾ ਜਾਣ ਫਿਰ ਖੋਏ ਜਾਂਦੇ ਨੇ। ਅਤੇ ਅੱਜ ਦੀ ਜਮਹੂਰੀਅਤ ਦੇ ਵਿੱਚ ਜਿਹੜਾ ਤਰੀਕਾ ਹੱਕ ਖੋਣ ਦਾ ਉਹ ਆਪ ਹਕੂਮਤ 'ਚ ਆ ਕੇ ਆਪਣੇ ਆਪ ਨੂੰ ਹੱਕ ਦੇਣ ਦਾ। ਸੋ ਮੈਂ ਕੌਮ ਨੂੰ ਅਪੀਲ ਕਰਦਾ ਵੀ ਆਪਣੇ ਆਹ ਇਲੈਕਸ਼ਨਾਂ ਚੱਲਦੀਆਂ ਪਈਆਂ ਨੇ, ਹਰ ਸੀਟ 'ਤੇ ਪੰਥਕ ਉਮੀਦਵਾਰ ਖੜ੍ਹਾ ਹੈ, ਅਤੇ ਸਭ ਨੂੰ ਜਿਵੇਂ ਮਿਸਲਾਂ ਇਕੱਠੀਆਂ ਹੁੰਦੀਆਂ ਸੀ ਜਦੋਂ ਬਾਹਰੋਂ ਦੁਸ਼ਮਣ ਚੜ੍ਹਾਈ ਕਰਕੇ ਆਉਂਦਾ ਸੀ, ਆਪਾਂ ਸਾਰੇ ਇਕੱਠੇ ਹੋਈਏ। ਅਤੇ ਜਿਹੜੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ, ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ, ਸਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਨੇ, ਉਹਨਾਂ ਸਾਰਿਆਂ ਨੂੰ ਕਾਮਯਾਬ ਕਰੀਏ। ਕਿਉਂਕਿ ਜੇ ਆਪਾਂ ਕਾਮਯਾਬ ਹੋ ਗਏ, ਹਕੂਮਤ ਆਪਣੇ ਹੱਥ 'ਚ ਲੈ ਲਈ, ਆਪਾਂ ਆਪੇ ਹੀ ਸਾਰਿਆਂ ਨੂੰ ਛਡਾ ਲਾਂਗੇ। ਇਸ ਦਿਨ ਆਪਾਂ ਇਹ ਪ੍ਰਣ ਕਰੀਏ, ਆਪਾਂ ਆਪਣੇ ਨਾਲ ਨਿਸ਼ਚੈ ਕਰੀਏ, ਅਤੇ ਜਦੋਂ ਆਪਾਂ ਨਿਸ਼ਚੈ ਕਰ ਲਿਆ ਫਿਰ ਨਿਸ਼ਚੈ ਕਰੇ ਆਪਣੀ ਜਿੱਤ ਕਰੋ, ਫਿਰ ਆਪਣੀ ਜਿੱਤ ਨਹੀਂ ਕੋਈ ਰੋਕ ਸਕਦਾ। ਇਹਨਾਂ ਹੀ ਸ਼ਬਦਾਂ ਨਾਲ ਮੈਂ ਦੁਬਾਰਾ ਕੌਮ ਨੂੰ, ਭਾਈ ਜਗਤਾ ਖਾਲਸਾ ਵਾਹਿਗੁਰੂ ਜੀ ਫਤਿਹ, ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਅੱਜ 55ਵਾਂ ਜਨਮ ਦਿਹਾੜਾ ਸ਼ੁਰੂ ਹੋਇਆ। ਜੋ ਵੀ ਹੈ, ਜਗਤਾਰ ਸਿੰਘ ਹਵਾਰਾ ਸੰਨ 1970 ਵਿੱਚ ਪਿੰਡ ਹਵਾਰਾ ਦੇ ਵਿੱਚ ਜਨਮ ਲਿਆ ਸੀ। ਮਾਤਾ ਨਰਿੰਦਰ ਕੌਰ ਅਤੇ ਪਿਤਾ ਸ਼ੇਰ ਸਿੰਘ ਦੇ, ਅਤੇ ਜਗਤਾਰ ਸਿੰਘ ਹਵਾਰਾ 1991 ਵਿੱਚ ਗਰੀਲੇ ਸੰਘਰਸ਼ ਵਿੱਚ ਕੁੱਦੇ ਸਨ, ਜੋ ਕਿ 95 ਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ, ਸੈਂਟਰ ਦੀਆਂ ਜੇਲ੍ਹਾਂ ਵਿੱਚ 30 ਸਾਲਾਂ ਤੋਂ ਨਜ਼ਰਬੰਦ ਹੈ। ਅਤੇ ਇਸ ਕਰਕੇ ਸਾਡੇ ਕੌਮ ਦੇ ਹੀਰੇ ਜਰਨੈਲ ਜਗਤਾਰ ਸਿੰਘ ਹਵਾਰਾ ਨੂੰ 28-29 ਸਾਲ ਹੋ ਗਏ ਹਨ, ਸਰਕਾਰਾਂ ਨਹੀਂ ਛੱਡਿਆ। ਸਾਡਾ ਉਸ ਸੰਘਰਸ਼ ਲਈ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਸਾਡੀ ਕੌਮ ਨੂੰ ਇਕੱਠੇ ਹੋ ਕੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਚਾਹੀਦਾ, ਸਰਕਾਰ 'ਤੇ ਇਹ ਪ੍ਰੈਸ਼ਰ ਬਣਾਉਣਾ ਚਾਹੀਦਾ, ਸਾਰੇ ਇਕੱਠੇ ਹੋ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕਰਾਈਏ, ਤਾਂ ਜੋ ਕਿ ਆਪਣੀ ਕੌਮ ਦੀ ਆਪਣੀ ਅਗਵਾਈ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ। 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 ਬੰਦੀ ਸਿੰਘ ਰਿਹਾ ਕਰੋ, 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 ਬੰਦੀ ਸਿੰਘ ਰਿਹਾ ਕਰੋ।
ਬੰਦੀ ਸਿੰਘ ਜਿੰਦਾ ਕਰੋ, ਬੰਦੀ ਸਿੰਘ ਜਿੰਦਾ ਕਰੋ, ਭਾਈ ਜਗਤਾਰ ਸਿੰਘ ਜੀ ਹਵਾਰਾ, 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 ਜਗਤਾਰ ਸਿੰਘ ਜੀ ਤੇਰੀ ਸੋਚ ਤੇ, ਜਗਤਾਰ ਸਿੰਘ ਜੀ ਤੇਰੀ ਸੋਚ ਤੇ, ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੀਆਂ ਸੰਗਤਾਂ ਵੱਲੋਂ ਕਰਾਲੀ ਇਲਾਕੇ ਦੀਆਂ ਵੱਲੋਂ ਭਾਈ ਜਗਤਾਰ ਸਿੰਘ ਜੀ ਹਵਾਰੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਪਹਿਲਾਂ ਤਾਂ ਵਧਾਈਆਂ ਹੋਣ ਸਾਰੇ ਖਾਲਸੇ ਪੰਥ ਨੂੰ। ਅਤੇ ਅੱਜ ਜੋ ਇਲਾਕੇ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਉਰੇ ਭਾਈ ਜਗਤਾਰ ਸਿੰਘ ਜੀ ਹਵਾਰੇ ਦਾ ਜਨਮ ਦਿਨ ਮਨਾ ਰਹੇ ਨੇ, ਲੱਡੂ ਵੰਡ ਰਹੇ ਨੇ ਸੰਗਤਾਂ ਨੂੰ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ। ਅਤੇ ਬਾਕੀ ਸੰਗਤਾਂ ਬਹੁਤ ਆਪ ਹਮ ਆ ਕੇ ਉਰੇ ਪਹੁੰਚ ਰਹੀਆਂ ਨੇ ਅਤੇ ਸਾਰਿਆਂ ਨੂੰ ਬੜੀ ਖੁਸ਼ੀ ਹੈ ਅੱਜ ਉਹਨਾਂ ਦੇ ਜਨਮ ਦਿਨ 'ਤੇ। ਅਤੇ ਸਾਡੇ ਯੋਧੇ ਨੇ ਜਿਹੜੇ 30 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ, ਪਰ ਜਿਹੜੀਆਂ ਪੰਥਕ ਸਰਕਾਰਾਂ ਸਾਡੀਆਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਨੇ, ਇਹਨਾਂ ਨੇ ਕੋਈ ਅੱਜ ਤੱਕ ਉਹਨਾਂ ਨੂੰ ਛਡਾਉਣ ਬਾਰੇ ਕੋਈ ਯਤਨ ਨਹੀਂ ਕੀਤੇ ਜਿਨ੍ਹਾਂ ਕਰਕੇ ਉਹ ਬਾਹਰ ਆ ਸਕਣ। ਜਦੋਂ ਕਿ ਪੰਥਕ ਸਰਕਾਰ ਦਾ ਪਹਿਲਾ ਫਰਜ਼ ਬਣਦਾ ਇਹ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਜਾਂ ਉਹਨਾਂ ਦੇ ਪਿੱਛੇ ਪਰਿਵਾਰ ਨੇ ਉਹਨਾਂ ਦੀ ਦੇਖ ਰੇਖ ਇਹ ਜਿਹੜੀਆਂ ਪੰਥਕ ਸਰਕਾਰਾਂ ਕਹਾਉਂਦੀਆਂ ਨੇ ਉਹਨਾਂ ਦੇ ਹੱਕ ਬਣਦੇ ਨੇ। ਸੋ ਇਹ ਨਹੀਂ ਚਾਹੁੰਦੇ ਕਿ ਇਹ ਬਾਹਰ ਆਉਣ, ਜੇ ਇਹ ਚਾਹੁੰਦੇ ਤਾਂ ਅੱਜ ਤੱਕ ਇਹ ਸਾਰੇ ਬਾਹਰ ਆ ਸਕਦੇ ਸੀਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਜਿਹੜੇ ਰਾਜੀਵ ਗਾਂਧੀ ਦੇ ਕਾਤਲ ਸੀਗੇ ਉਹ ਉਹਨਾਂ ਦੀਆਂ ਸਰਕਾਰਾਂ ਨੇ ਛਡਾ ਲਏ ਨੇ, ਕਿੰਨੇ ਸਾਲਾਂ ਤੋਂ ਬਾਹਰ ਨੇ ਉਹ। ਅਤੇ ਜਿਹੜੇ ਸਾਡੇ ਸਿੰਘ ਨੇ ਇਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਨੇ ਜਿਹੜੀਆਂ ਗੌਰਮੈਂਟ ਵੱਲੋਂ ਮਿਲੀਆਂ ਨੇ, ਅਤੇ ਹਲੇ ਵੀ ਅੰਦਰ ਨੇ। ਪਤਾ ਨਹੀਂ ਇਹ ਕਿਉਂ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਨੇ, ਚਾਹੇ ਝਾੜੂ ਆ ਜਾਵੇ, ਚਾਹੇ ਅਕਾਲੀ ਦਲ ਆ ਜਾਵੇ, ਚਾਹੇ ਕਾਂਗਰਸ ਆ ਜਾਵੇ, ਕੋਈ ਵੀ ਸਰਕਾਰ ਦਾ ਇਹ ਉਹਨਾਂ ਵੱਲ ਕੋਈ ਧਿਆਨ ਨਹੀਂ ਹੈਗਾ ਕਿ ਉਹਨਾਂ ਨੂੰ ਪੰਜਾਬ 'ਚ ਲਿਆਇਆ ਜਾਵੇ ਜਾਂ ਉਹਨਾਂ ਨੂੰ ਬਰੀ ਕਰਾਇਆ ਜਾ ਸਕੇ। ਸੋ ਇਹ ਮੈਂ ਬੇਨਤੀ ਕਰਦਾ ਹਾਂ ਆਪਣੇ ਸਿੱਖ ਨੌਜਵਾਨਾਂ ਨੂੰ, ਸਿੱਖ ਜਥੇਬੰਦੀਆਂ ਨੂੰ ਕਿ ਆਪਾਂ ਇਕੱਠੇ ਹੋਈਏ, ਹੰਬਲਾ ਮਾਰੀਏ ਇਹਨਾਂ ਨੂੰ ਬਾਹਰ ਕੱਢਣ ਦੇ ਵਾਸਤੇ। ਜੇ ਆਪਾਂ ਹੰਬਲਾ ਨਹੀਂ ਮਾਰਾਂਗੇ ਤਾਂ ਕੌਣ ਮਾਰੂਗਾ? ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਹੈ, ਕਿਉਂ ਜੇ ਆਪਾਂ ਕਹੀਏ ਕਿ ਪੰਥ ਸਰਕਾਰ ਕਰੂਗੀ, ਜਿਵੇਂ ਹੁਣ ਬਾਦਲ ਦਲੀਏ ਕਹਿ ਰਹੇ ਨੇ, ਬਲਟੋਹੇ ਵਰਗੇ ਬੋਲ ਰਹੇ ਨੇ, ਇਹਨਾਂ ਦੀਆਂ ਸਰਕਾਰਾਂ ਪਹਿਲਾਂ ਵੀ ਆ ਚੁੱਕੀਆਂ ਨੇ, ਪਹਿਲਾਂ ਵੀ ਆਪਾਂ MLA MP ਬਣਾ ਚੁੱਕੇ ਹਾਂ ਇਹਨਾਂ ਨੂੰ, ਪਰ ਇਹਨਾਂ ਨੇ ਜਥੇਦਾਰਾਂ ਵਾਸਤੇ, ਸਾਡੇ ਜਥੇਦਾਰਾਂ ਵਾਸਤੇ, ਸਾਡੇ ਜਿਹੜੇ ਸਿੰਘ ਨੇ, ਬੰਦੀ ਸਿੰਘ ਅੰਦਰ ਨੇ, ਇਹਨਾਂ ਬਾਰੇ ਕੁਛ ਨਹੀਂ ਕੀਤਾ ਅੱਜ ਤੱਕ। ਸੋ ਮੈਂ ਇਹਨਾਂ ਨੂੰ ਲਾਹਨਤਾਂ ਵੀ ਪਾਉਂਦਾ ਹੈ ਅਤੇ ਮੈਂ ਜਥੇਦਾਰ ਦੇ ਜਨਮ ਦਿਨ ਦੀਆਂ ਸਾਰੇ ਸੰਗਤਾਂ ਨੂੰ ਵਧਾਈਆਂ ਵੀ ਦਿੰਦਾ ਹੈ। ਅਤੇ ਆਉਣ ਵਾਲਾ ਟਾਈਮ ਜਿਹੜਾ ਸੁਚੇਤ ਹੋਵੋ, ਜਿਹੜੀਆਂ ਹੁਣ ਵੋਟਾਂ ਸ਼੍ਰੋਮਣੀ ਕਮੇਟੀ ਦੀਆਂ ਆਉਣੀਆਂ ਨੇ, ਉਹਨਾਂ ਵਾਸਤੇ ਵੀ ਵੱਧ ਤੋਂ ਵੱਧ ਆਪਣੀਆਂ ਵੋਟਾਂ ਜਿਹੜੇ ਪਿੰਡਾਂ ਦੇ ਵਿੱਚ ਬਣਾਓ, ਤਾਂ ਜੋ ਵੋਟਾਂ ਪਾ ਕੇ ਆਪਾਂ ਆਪਣੇ ਬੰਦੇ ਨਿਯੁਕਤ ਕਰੀਏ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਫਾਲਤੂ ਬੰਦੇ ਨੇ ਇਹਨਾਂ ਨੂੰ ਆਪਾਂ ਕੱਢੀਏ ਬਾਹਰ ਅਤੇ ਆਪਾਂ ਅੱਗੇ ਹੋ ਕੇ ਸੇਵਾ ਲਈਏ, ਤਾਂ ਜੋ ਜਿਹੜੀਆਂ ਸਿੱਖ ਰਵਾਇਤਾਂ ਨੇ ਉਹਨਾਂ ਨੂੰ ਆਪਾਂ ਕਾਇਮ ਕਰ ਸਕੀਏ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਿਘਾਰ ਆ ਰਿਹਾ ਹੈ ਪੰਜਾਬ ਦੇ ਵਿੱਚ, ਉਰੇ ਕੋਈ ਵੀ ਸਟੇਟ ਤੋਂ, ਹਿਮਾਚਲ ਤੋਂ ਦੇਖ ਲਓ, ਉੱਤਰਾਖੰਡ ਤੋਂ ਦੇਖ ਲਓ, ਉਰੇ ਸਭ ਪ੍ਰਵਾਸੀ ਉਰੇ ਆ ਕੇ ਪੱਕੇ ਹੋ ਰਹੇ ਨੇ ਅਤੇ ਉਰੇ ਆ ਕੇ ਨੌਕਰੀਆਂ ਵੀ ਕਰ ਰਹੇ ਨੇ ਪੰਜਾਬ ਦੇ ਵਿੱਚ। ਜਦਕਿ ਅਸੀਂ ਨਾ ਤਾਂ ਹਿਮਾਚਲ ਦੇ ਵਿੱਚ ਜਾ ਸਕੇ ਕੋਈ ਜਗ੍ਹਾ ਲੈ ਸਕਦੇ ਹਾਂ, ਨਾ ਸਾਨੂੰ ਨੌਕਰੀ ਮਿਲ ਸਕਦੀ ਹੈ ਉੱਥੇ। ਅਤੇ ਤੁਸੀਂ ਦੇਖ ਲਓ ਉਰੇ ਪੰਜਾਬ ਦੇ ਵਿੱਚ ਜਿਹੜੀ ਹੁਣ ਨਵੀਂ ਪੁਲਿਸ ਭਰਤੀ ਵੀ ਹੋਈ ਹੈ, ਉਹਦੇ ਵਿੱਚ ਵੀ ਦੇਖ ਲਓ ਸਾਰੇ ਬਾਹਰ ਦੀਆਂ ਸਟੇਟਾਂ ਤੋਂ ਜਿਹੜੀ ਭਰਤੀ ਹੈ ਇਹ ਕਰ ਰਹੇ ਨੇ। ਸੋ ਇਹ ਪੰਜਾਬ ਨੂੰ ਇਹ ਖਤਮ ਕਰਨਾ ਚਾਹੁੰਦੇ ਨੇ, ਜਿਹੜੀ ਸਾਡੀ ਨੌਜਵਾਨੀ ਆ ਉਹ ਬਾਹਰ ਜਾ ਰਹੀ ਹੈ ਨਸ਼ਿਆਂ ਤੋਂ, ਉਰੇ ਮਾਂ ਪਿਓ ਡਰਦੇ ਉਹਨਾਂ ਨੂੰ ਬਾਹਰ ਭੇਜ ਰਹੇ ਨੇ ਕਿ ਜਿਹੜਾ ਸਾਡਾ ਉਰੇ ਵਰਤਾਰਾ ਹੈ ਸਰਕਾਰਾਂ ਵੱਲੋਂ ਸਹੀ ਨਹੀਂ ਹੋ ਰਿਹਾ। ਸੋ ਮੈਂ ਇਹ ਚਾਹੁੰਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪੂਰੇ ਸੁਚੇਤ ਹੋਈਏ, ਤਾਂ ਜੋ ਆਪਾਂ ਜਿਵੇਂ ਹੁਣ ਆਪਣੇ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖੰਡੂਰ ਤੋਂ ਖੜ੍ਹੇ ਹੈ, ਖੰਡੂਰ ਸਾਹਿਬ ਤੋਂ ਖੜ੍ਹੇ ਹੈ, ਉਹਨਾਂ ਨੂੰ ਆਪਾਂ ਵੋਟਾਂ ਪਾ ਕੇ ਵੱਧ ਤੋਂ ਵੱਧ ਜਿਤਾਈਏ ਤਾਂ ਜੋ ਆਉਣ ਵਾਲਾ ਜਿਹੜਾ ਟਾਈਮ ਹੈ ਅਜੇ ਸਿੰਘ ਆਪਾਂ ਮੂਹਰੇ ਲਿਆ ਕੇ ਆਪਣੇ ਪੰਜਾਬ ਦਾ ਸੁਧਾਰ ਕਰ ਸਕੀਏ। ਇਹਨਾਂ ਗੌਰਮੈਂਟਾਂ ਨੇ ਕੁਛ ਨਹੀਂ ਕਰਨਾ, ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਕਾਂਗਰਸੀਆਂ ਨੂੰ ਕਹੇਗੇ ਅਸੀਂ ਚੱਕੇ ਅੰਦਰ ਦੇਵਾਂਗੇ ਅਤੇ ਕਾਂਗਰਸੀ ਅਕਾਲੀਆਂ ਨੂੰ ਕਹੇਗੇ ਚੱਕੇ ਅੰਦਰ ਦੇਵਾਂਗੇ। ਅਤੇ ਹੁਣ ਆ ਨਵੀਂ ਪਾਰਟੀ ਆਈ ਸੀਗੀ ਝਾੜੂ ਵਾਲੇ ਕਿ ਅਸੀਂ ਚੱਕ ਕੇ ਦੋਨਾਂ ਨੂੰ ਅੰਦਰ ਦੇਵਾਂਗੇ, ਕਾਂਗਰਸੀਆਂ ਨੂੰ ਵੀ ਅਤੇ ਅਕਾਲੀਆਂ ਨੂੰ ਵੀ। ਅਸੀਂ ਜਿਹੜਾ ਬਰਗਾੜੀ ਕਾਂਡ ਹੈ, ਇੱਕ ਹਫ਼ਤੇ ਦੇ ਵਿੱਚ ਉਹ ਅੰਦਰ ਜਾਣਗੇ ਜਿਹੜੇ ਦੋਸ਼ੀ ਨੇ ਇਹਨਾਂ ਦੇ, ਤਾਂ ਜੋ ਨਸ਼ਾ ਨਹੀਂ ਹੁਣ ਤੱਕ ਬੰਦ ਹੋ ਸਕਿਆ ਇਹਨਾਂ ਤੋਂ। ਮੇਰਾ ਕਹਿਣ ਤੋਂ ਭਾਵ ਹੈ ਇਹ ਡਰਾਮਾ ਕਰਦੇ ਨੇ, ਇਹਨਾਂ ਨੇ ਕੋਈ ਕਿਸੇ ਨੂੰ ਅੰਦਰ ਨਹੀਂ ਕਰਨਾ, ਸਾਨੂੰ ਸਿਰਫ ਇਹ ਭੁਲੇਖੇ ਪਾਉਂਦੇ ਨੇ। ਇਹ ਇਹਨਾਂ ਦਾ ਜਿਹੜਾ ਕੰਮ ਹੈ ਵੀ ਲੋਕਾਂ ਨੂੰ ਬੇਵਕੂਫ਼ ਬਣਾਓ, ਭੜਕੀਲੇ ਬਿਆਨ ਦੇ ਕੇ ਆਪਾਂ ਵੋਟਾਂ ਲਈਏ ਅਤੇ ਆਪਣੀ ਸਰਕਾਰ ਬਣਾਈਏ, ਮੁੜ ਕੇ ਨਾ ਇਹ ਕਿਸੇ ਰਾਜੇ ਬਣਿੰਗ ਨੂੰ ਪੁੱਛਦੇ ਨੇ। ਜਿਵੇਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀਗਾ ਇਹ ਬੱਸਾਂ ਦਾ ਘੁਟਾਲਾ ਇਹਦਾ ਜਾ ਕੇ ਰਾਜਸਥਾਨ ਤੋਂ ਬਣਾ ਕੇ ਲੈ ਕੇ ਆਇਆ ਏ ਸਾਰੀਆਂ, ਤਾਂ ਹੁਣ ਮੈਂ ਪੁੱਛਣਾ ਚਾਹੁੰਦਾ ਏ ਇਹਨਾਂ ਨੂੰ ਕਿ ਹੁਣ ਉਹ ਕਿੱਥੇ ਗਏ ਇਹਨਾਂ ਦੇ ਜਿਹੜੇ ਕਹਿੰਦੇ ਸੀਗੇ ਵੀ ਇਹ ਘੁਟਾਲੇ ਕੀਤੇ ਹੋਏ ਅਸੀਂ ਉਜਾਗਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਖਾਲਸਾ ਪੰਥ ਨੂੰ ਅੱਜ ਦੇ ਦਿਹਾੜੇ ਤੇ ਸਿੰਘ ਸਾਹਿਬ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜੀਆਂ ਦੇ ਜਨਮ ਦਿਨ ਦੀ ਖੁਸ਼ੀ ਦੀ ਲੱਖ ਲੱਖ ਵਧਾਈ ਹੋਵੇ। ਸੋ ਅੱਜ ਸਮੁੱਚੇ ਸਿੱਖ ਪੰਥ ਨੂੰ ਸਾਡੀ ਅਪੀਲ ਹੈ, ਬੇਨਤੀ ਹੈ ਵੀ ਆਓ ਭਰਾਵੋ, ਆਪਾਂ ਗੁਰੂ ਨਾਨਕ ਮਹਾਰਾਜ ਦਾ ਜੋ ਫਲਸਫਾ ਹੈ, ਹੋਏ ਕਿੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਬਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੇ ਸਭਾ ਪਛਾਏ। ਸੋ ਅੱਜ ਲੋੜ ਹੈ ਆਪਾਂ ਨੂੰ ਇਕੱਤਰ ਹੋ ਕੇ, ਜਿਹੜੇ ਸਾਡੀ ਕੌਮ ਦੇ ਹੀਰੇ ਨੇ, ਆਗੂ ਨੇ, ਉਹ ਜੇਲ੍ਹਾਂ ਦੇ ਵਿੱਚ ਬੰਦ ਨੇ, ਕਿਤੇ ਨਾ ਕਿਤੇ ਉਹ ਸਾਡੀ ਜਿਹੜੀ ਆਪਸ ਦੇ ਵਿੱਚ ਸਾਡੀ ਰੁਕਸ ਹੋਈ ਵੀ ਹੈ, ਆਪਾਂ ਆਪਸ ਦੇ ਵਿੱਚ ਖਿਲਵਾੜ ਹੋਏ ਪਏ, ਇਸਦਾ ਵੱਡਾ ਹੀ ਕਾਰਨ ਹੈ ਕਿਉਂਕਿ ਗੁਰੂ ਨਾਨਕ ਮਹਾਰਾਜ ਦਾ ਫਰਮਾਨ ਹੈ, ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾ ਹੀ ਠਾਓ, ਉਹਨਾਂ ਨੂੰ ਉਹਨਾਂ ਦੇ ਚੇਲਿਆਂ ਨੂੰ ਕੋਈ ਜਗ੍ਹਾ ਨਹੀਂ ਜਿਨ੍ਹਾਂ ਦਾ ਗੁਰੂ ਅੰਦਲਾ ਹੈ, ਲੇਕਿਨ ਸਾਡਾ ਗੁਰੂ ਬਹੁਤ ਸੁਜਾਕਾ ਹੈ, ਮਾਰਗਦਰਸ਼ਕ ਹੈ ਗੁਰੂ ਨਾਨਕ ਮਹਾਰਾਜ ਸਾਡੇ ਵਾਸਤੇ। ਸੋ ਅੱਜ ਲੋੜ ਹੈ ਸਾਨੂੰ ਇਕੱਤਰ ਹੋ ਕੇ ਬੰਦੀ ਸਿੰਘਾਂ ਦੀ ਆਵਾਜ਼ ਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਸਰਕਾਰਾਂ ਤੱਕ ਪਹੁੰਚਾਈਏ। ਜਿਸ ਤਰ੍ਹਾਂ ਪਿਛਲੇ ਸਮਿਆਂ ਦੇ ਵਿੱਚ ਜੋ ਸਾਡੇ ਨਾਲ ਹੋਇਆ ਤੁਹਾਨੂੰ ਪਤਾ, ਸਭ ਕੁਝ ਗਲਤ ਹੋਇਆ ਹੈ। ਤਾਮਿਲਨਾਡੂ ਵੀਰ ਨੇ ਦੱਸਿਆ ਵੀ ਤਾਮਿਲਨਾਡੂ ਦੀ ਗੌਰਮੈਂਟ ਨੇ ਬੰਦੀ ਸਿੰਘ ਉੱਥੋਂ ਦੇ ਰਿਹਾ ਕਰਤੇ, ਲੇਕਿਨ ਸਾਡੀਆਂ ਸਰਕਾਰਾਂ ਸਾਡੇ ਫੈਸਲੇਪਣ ਦੇ ਨਾਲ, ਸਾਡੀਆਂ ਆਪਸੀ ਖੁਦਗਰਜ਼ੀਆਂ ਕਾਰਨ ਕਿਤੇ ਨਾ ਕਿਤੇ ਨਹੀਂ ਜਾਗੀਆਂ। ਸੋ ਅੱਜ ਸਮੁੱਚੀ ਕੌਮ ਨੂੰ, ਪੰਥ ਨੂੰ ਇਕੱਠਾ ਹੋ ਕੇ, ਜਿਨ੍ਹਾਂ ਨੂੰ 8 ਲੱਖ ਦੇ ਇਕੱਠ ਨੇ ਚੱਬੇ ਧਰਤੀ ਦੇ ਵਿੱਚ ਜਥੇਦਾਰ ਸਿੰਘ ਸਾਹਿਬ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਲਿਖਿਆ ਸੀ, ਉਹਨਾਂ ਦੀ ਸੋਚ 'ਤੇ ਪਹਿਰਾ ਦੇ ਕੇ ਆਪਾਂ ਆਪਣੇ ਬੰਦੀ ਸਿੰਘਾਂ ਪ੍ਰਤੀ ਸੁਹਿਰਦ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤਾਰ ਸਿੰਘ ਹਵਾਰਾ, ਜਥੇਦਾਰ ਜਗਤਾਰ ਸਿੰਘ ਹਵਾਰਾ, ਬੰਦੀ ਸਿੰਘ, ਬੰਦੀ ਸਿੰਘ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਹਵਾਰੇ ਤੇਰੀ ਸੋਚ ਤੇ ਦਿਆਂਗੇ ਠੋਕੇ, ਹਵਾਰੇ ਤੇਰੀ ਸੋਚ ਤੇ ਦਿਆਂਗੇ ਠੋਕੇ। ਚਰਨਜਵਾ ਚਰਨ ਜੇਲ੍ਹ 'ਚ ਬੈਠੇ ਦਾ ਮੰਡੋਲੀ ਜੇਲ੍ਹ 'ਚ ਬੈਠਾ ਵਾ ਡਿਊਟੀ।
ਚਲੋ।